ਬਲੌਕ ਔਰ ਦੇ ਪਿੰਡ ਸਾਧਪੁਰ ਵਿਖੇ ਰੇਸ਼ਮ ਸਿੰਘ ਯੂਕੇ ਅਤੇ ਸੁਰਜੀਤ ਕੌਰ ਯੂਕੇ ਦੇ ਸਹਿਯੋਗ ਨਾਲ ਲਾਇਨਸ ਕਲੱਬ ਮੁਕੰਦਪੁਰ ਕੈਂਸਰ 321D ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਅਤੇ ਓਪਰੇਸ਼ਨ ਕੈਂਪ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਗਵਰਨਰ SK ਪੁੰਜ ਨੇ ਕੀਤਾ। ਇਸ ਕੈਂਪ 'ਚ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਗੁਰਮੀਤ ਸਿੰਘ ਮੱਕੜ, ਹਰੀਸ਼ ਬੱਗਾ, ਰਾਜੀਵ, ਰਜਨੀ ਬੱਗਾ, ਹਰਦੀਪ, ਪਰਮਜੀਤ ਚਾਵਲਾ ਨੇ ਵਿਸ਼ੇਸ਼ ਰੂਪ 'ਤੇ ਸ਼ਿਰਕਤ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਸੈਕਟਰੀ ਅਮਰਜੀਤ ਕਟਕਰ ਨੇ ਦੱਸਿਆ ਕਿ 250 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 40 ਮਰੀਜ਼ਾਂ ਨੂੰ ਐਨਕਾਂ ਵੀ ਵੰਡੀਆਂ ਗਈਆਂ ਅਤੇ 20 ਮਰੀਜ਼ਾਂ ਨੂੰ ਓਪਰੇਸ਼ਨ ਲਈ ਚੁਣਿਆ ਗਿਆ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਇਨਸ ਕਲੱਬ ਮੁਕੰਦਪੁਰ 321D 1974 ਤੋਂ ਲੋੜਵੰਦ ਵਿਅਕਤੀਆਂ ਦੀ ਮਦਦ ਕਰ ਰਿਹਾ ਹੈ। ਇਸ ਕੈਂਪ ਦੌਰਾਨ ਸ਼੍ਰੀ ਰਵਿਦਾਸ ਚੈਰੀਟੇਬਲ ਹਸਪਤਾਲ ਦੇ ਡਾਕਟਰਾਂ ਵੱਲੋਂ, ਜਿਨ੍ਹਾਂ ਵਿੱਚ ਬਲਬੀਰ ਬਲ, ਮੁਕੇਸ਼ ਉਪਾਧਿਆਏ, ਰਾਜਕੁਮਾਰ ਸਮੂਹ ਟੀਮਾਂ ਵੱਲੋਂ ਮਰੀਜ਼ਾਂ ਦਾ ਫ੍ਰੀ ਚੈੱਕਅਪ ਕੀਤਾ ਗਿਆ। ਇਸ ਮੌਕੇ ਪ੍ਰਧਾਨ ਚਰਨਜੀਤ ਸੁਆਣ ਵੱਲੋਂ ਮੁੱਖ ਮਹਿਮਾਨਾਂ ਨੂੰ ਸਰੋਪੇ ਨਾਲ ਸਨਮਾਨਿਤ ਕੀਤਾ ਗਿਆ। ਬੰਗਾ ਤੋਂ ਸੁਖਜਿੰਦਰ ਸਿੰਘ ਬਲਖੋਰ ਦੀ ਰਿਪੋਰਟ, ਆਨ ਨਿਊਜ਼।